ਦੀ ਵੀਡੀਓ ਬਣਾ ਰਹੀ ਹੈ। ਬਿਸਮਿਲ੍ਲਾਹਿਰ ਰਹਿਮਾਨਿਰ ਰਹੀਮ। ਅਸਲਾਮ ਅਲੈਕਮ ਜੀ, ਉਮੀਦ ਕਰਨੀ ਆ ਤੁਸੀਂ ਬਿਲਕੁਲ ਠੀਕ ਠਾਕ ਹੋਵੋਗੇ। ਅੱਲਾਹ ਪਾਕ ਤੁਹਾਨੂੰ ਖੁਸ਼ ਅਤੇ ਆਬਾਦ ਰੱਖੇ, ਇਸਦੇ ਮੁਸਕਰਾਉਂਦੇ ਰੱਖੇ, ਇਸੇ ਦੁਆ ਦੇ ਨਾਲ ਅੱਜ ਦੀ ਵੀਡੀਓ ਕਰ ਲੈਣੀ ਸ਼ੁਰੂ। ਜਿਤਨੇ ਵੀ ਦੋਸਤ ਸਾਡੇ ਚੈਨਲ 'ਤੇ ਅੱਜ ਪਹਿਲੀ ਦਫ਼ਾ ਆਏ ਨੇ, ਚੈਨਲ ਨੂੰ ਸਬਸਕ੍ਰਾਈਬ ਕਰ ਲਓ, ਵੀਡੀਓ ਨੂੰ ਲਾਈਕ ਵੀ ਕਰੋ, ਦੋਸਤਾਂ ਵਿੱਚ ਵੀ ਸ਼ੇਅਰ ਕਰੋ ਅਤੇ ਇੱਕ ਪਿਆਰਾ ਜਿਹਾ ਕਮੈਂਟਸ ਕਰੋ। ਅਤੇ ਬਾਕੀ ਜਿਹੜਾ ਦੋ ਦਿਨ ਤਕਰੀਬਨ ਪਹਿਲਾਂ ਡਸਕੇ ਤੋਂ ਕੁਝ ਦੋਸਤ ਭਰਾ ਮਹਿਮਾਨ ਆਏ ਸੀ, ਉਹ ਵੀਡੀਓ ਵੀ ਸਾਡੀਆਂ ਰੈਗੂਲਰ ਦੇਖਦੇ ਨੇ, ਵਾਹ ਹਨੇਰੀ ਕਾਫੀ ਹੈ ਅਤੇ ਉਹ ਵਾਹ ਸਹੀ ਰਿਕਾਰਡ ਨਹੀਂ ਹੋਇਆ, ਅਤੇ ਉਹ ਕਲਿੱਪ ਤੁਸੀਂ ਦੇਖੋ। ਉਸ ਤੋਂ ਬਾਅਦ ਤੁਹਾਨੂੰ ਜਿਹੜਾ ਉੱਪਰ ਵਾਲੇ ਟੁੱਡੇ 'ਚ ਲੈ ਕੇ ਚੱਲਣੇ ਆ, ਜਿਹੜੇ ਲੋ ਰੂਮ ਬੱਚੇ ਲੈ ਕੇ ਆਏ ਆ, ਵੇਖਣੇ ਉਹ ਕਿਸ ਪੋਜੀਸ਼ਨ ਵਿੱਚ ਨੇ, ਕਿਸ ਹਾਲਤ ਵਿੱਚ ਨੇ ਜਾਂ ਕੀ ਹਿਸਾਬ ਹੈ। ਅਤੇ ਬਾਕੀ ਜਿੰਨਾ ਉਹ ਦੋਸਤਾਂ ਭਰਾਵਾਂ ਨੇ ਉਹ ਵੀਡੀਓ ਨਹੀਂ ਦੇਖੀ, ਜਿਹੜੇ ਲੋਰੂ ਬੱਚੇ ਆਉਂਦੇ ਨੇ ਉਹ ਜਾ ਕੇ ਵੀਡੀਓ ਜ਼ਰੂਰ ਦੇਖੋ, ਤੁਹਾਨੂੰ ਵੀਡੀਓ ਪਸੰਦ ਆਵੇਗੀ। ਅਤੇ ਹੁਣ ਪੀਂਦੇ ਹਾਂ ਪਾਣੀ ਹੈ ਜਿਹੜਾ, ਅਤੇ ਉਸ ਤੋਂ ਬਾਅਦ ਚੱਲਣੇ ਆ ਅਸੀਂ, ਪਾਣੀ ਪੀਂਦੇ ਹਾਂ। ਤੁਸੀਂ ਇਤਨੀ ਦੇਰ ਵਿੱਚ ਜਿਹੜੇ ਦੋਸਤ ਭਰਾ ਆਏ ਇਸ ਜਗ੍ਹਾ 'ਤੇ ਬੈਠੇ ਹੋਏ ਸੀ, ਗੱਪ ਸ਼ੱਪ ਲਾਈ, ਆਵਾਜ਼ ਵਜੋਂ ਨਾਲ ਰਿਕਾਰਡਿੰਗ ਸਹੀ ਨਹੀਂ ਹੋਈ, ਉਦੋਂ ਨਾਲ ਟੈਲੀਫੋਨ ਵੀ ਸਾਰੇ ਘਰ ਹੀ ਰੱਖੇ, ਕੈਮਰਾ ਹੁਣ ਛੋਟਾ ਜਿਹਾ ਇੱਕ ਜੇ ਵੀ ਚਾਹੁੰਦੇ ਆਏ ਵਾਟਰਪਰੂਫ, ਕਿਉਂਕਿ ਉਹ ਬਾਰਿਸ਼ ਬੁਰਸ਼ ਦਾ ਵੀ ਮੌਸਮ ਆਇਆ ਦੌਰਾ 'ਤੇ, ਉਹ ਫਿਰ ਉਸ ਤਰ੍ਹਾਂ ਹੀ ਕਲਿੱਪ ਬਣਾਇਆ, ਉਹ ਤੁਸੀਂ ਪਹਿਲਾਂ ਦੇਖੋ। ਉਸ ਤੋਂ ਬਾਅਦ ਉਹ ਉੱਪਰ ਵਾਲੇ ਜਾਲ ਵੀ ਚੱਲਣੇ ਆ, ਅਤੇ ਹੁਣ ਪਾਣੀ ਪੀਂਦੇ ਹਾਂ, ਤੁਸੀਂ ਤਰ੍ਹਾਂ ਦੇ ਵੀਡੀਓ ਦੇਖ ਲਓ ਅਤੇ ਫਿਰ ਉੱਪਰ ਚੱਲਣੇ ਆ। ਲਓ ਜੀ ਦੋਸਤੋ ਭਰਾਓ, ਪਾਣੀ ਪੀ ਲਿਆ, ਇਹ ਵੀ ਬੱਚੇ ਬਿਮਾਰ ਆ, ਦੋ ਖੁੱਡਿਆਂ ਵਾਲੇ, ਇਸ ਵਾਲੇ ਵੀ ਹੁਣ ਕਾਫੀ ਹਾਲਤ ਇਹਨਾਂ ਦੀ ਬਿਹਤਰ ਹੋ ਗਈ ਹੈ ਪਹਿਲਾਂ ਨਾਲੋਂ, ਅਤੇ ਵਾਇਰਸ ਨੇ ਕਾਫੀ ਹਮਲਾ ਕੀਤਾ, ਇਹ ਵੀ ਬੱਚੇ ਸੁਸਤੀ ਨੇ ਪਰ ਥੋੜ੍ਹੀ ਬਿਹਤਰ ਹਾਲਤ ਵਿੱਚ ਨੇ। ਠੀਕ ਹੈ, ਦੁਆ ਆਸ਼ਾ ਕਰਿਓ ਦੋਸਤ ਭਰਾ, ਤੁਹਾਨੂੰ ਉਹ ਉੱਪਰ ਵਾਲੇ ਵੀ ਬੱਚੇ ਚੱਲ ਕੇ ਵਿਖਾਉਂਦੇ ਹਾਂ। ਮਾਸ਼ਾਅੱਲਾ ਇਹ ਵੀ ਜਿਹੜਾ ਨਾ ਕਬੂਤਰ ਕਾਫੀ ਚੱਪੇ ਚੱਪੇ ਹੋ ਆਏ ਨੇ, ਦੇਖੋ ਤੁਹਾਨੂੰ ਦੱਸਣੇ ਆਏ, ਮੁਕੰਮਲ ਹੀ ਹੈ ਜ਼ਾਹਿਰ, ਸਾਰ ਨਹੀਂ ਹੋਏ, ਤੁੰਜੇ ਕਿ ਕਾਫੀ ਜਿਹੜਾ ਨਾ ਇਹ ਚੈੱਕ ਕਰੋ, ਅਤੇ ਇਧਰੋਂ ਬਲਕਿ ਤੁਹਾਨੂੰ ਦੱਸਣੇ ਥੋੜ੍ਹੇ ਕਰੀਬ ਤੋਂ ਕਰਕੇ, ਅਤੇ ਦੁਆ ਸ਼ਾ ਕਰਿਓ ਬਲਕਿ ਇਹਨਾਂ ਨੂੰ ਕੱਢਾਂ ਦੇ ਹੈਰ ਖਰੀਦ ਨਾਲ ਅੱਛੇ ਉੱਡਣ, ਲਾਈਟਾਂ ਵਿੱਚ ਬੈਨ ਕਰਨ, ਕਿਉਂਕਿ ਉਸ ਵੇਲੇ ਲਾਈਟਾਂ ਵਾਲਾ ਹੀ ਕੰਮ ਹੈ ਨਾ। ਅਤੇ ਚਲੋ ਉੱਪਰ ਚੱਲ ਕੇ ਤੁਹਾਨੂੰ ਅਸੀਂ ਜਿਹੜੇ ਲੋਰੂ ਅਸੀਂ ਬੱਚੇ ਲੈ ਕੇ ਆਏ ਉਹ ਤੁਹਾਨੂੰ ਦੱਸਣੇ ਆ। ਠੀਕ ਹੈ, ਅਤੇ ਲੋਰੂ ਉਸ ਜਿਹੜੇ ਕਾਫੀ ਬੱਚੇ ਆਉਂਦੇ, ਦੋਸਤਾਂ ਜੋ ਇਹ ਵੀ ਆਉਂਦੇ। ਠੀਕ ਹੈ, ਬਾਕੀ ਹੈ ਉਸ ਦਿਨ 20 ਬੱਚੇ ਆਪਣੇ ਜੋ ਇਹ ਵੀ ਆਉਂਦੇ, ਇਹ ਜਿਹੜੇ ਤੁਸੀਂ ਉਹ ਚੈੱਕ ਕਰੋ, ਇਹਦੇ ਵਿੱਚ ਮਾਸ਼ਾਅੱਲਾ ਕਾਲੇ ਰੰਗ ਦੇ ਵੀ ਵਿੱਚ ਬੱਚੇ ਆਏ ਨੇ, ਅਤੇ ਅੱਜ ਉਰਦੂ ਤਾਂ ਨਹੀਂ ਬੋਲਦੇ, ਅੱਗੋਂ ਕਦੇ ਕਦੇ ਕਿਸੇ ਵੀਡੀਓ ਵਿੱਚ ਉਰਦੂ ਵੀ ਬੋਲਾਂ ਕਰਾਂਗੇ, ਬਲਕਿ ਹੁਣ ਹੀ ਸ਼ੁਰੂ ਕਰ ਦਿੰਦੇ ਹਾਂ, ਥੋੜ੍ਹਾ ਚਾਕਾ ਚੁੱਕਾ ਵੀ ਸਾਡਾ ਵੱਲ ਲਵੇ। ਤੋ ਦੋਸਤੋ ਭਾਈ ਉਹ ਅੰਮ ਉੱਪਰ ਪਹੁੰਚ ਆਏ ਹਾਂ, ਇਹ ਦੇਖੇ ਮਾਸ਼ਾਅੱਲਾ, ਯੇ ਲੋਰ ਸੇ ਬੱਚੇ ਲੈ ਕੇ ਆਏ ਥੇ ਹਮ,
आप दोस्तों ने जरूर बताना है आपको पसंद आ रहे हैं या नहीं। माशाल्लाह देखें, असल पता तो तब लगेगा जब इनको बाहर निकालेंगे, उड़ान भरेंगे, तब पता चलेगा ना। लेकिन देखने से माशाल्लाह बहुत अच्छे लग रहे हैं, पता चल रहा है कि अच्छे बच्चे हैं। इनका खड़े होने का अंदाज़, इनके कलर बहुत ही प्यारे हैं। कुछ बच्चे बाहर हैं, इधर इधर हमने आपको ये देखे, काला बच्चा है ये, बाकी इधर भी काले हैं कुछ, ठीक है। माशाल्लाह देखो जी, तो बिल्कुल है फ्रेश पानी, दिहाड़ी दो तीन बारी बदल सटते हैं। तो यह चेक करो, कुछ बच्चों के मुंडिया उपर सुरख रंग लगे है, बाकियों के भी अगर उंजी उस्ताद की टाइम कट के लाने तो अच्छी गल है, ताकि इन्हों की फिर पहचान भी रवे। तो देखो दोस्तों, भाव करीब करके पे दसने, क्योंकि जेडे कबूतर के शौकीन दोस्त भरा होंगे ने ना, वो उन्हों का दिल होंगे नज़दीक तो कबूतर देखिए। ये पंजे चेक करो, माशाल्लाह आपको हमारी वीडियो कैसी लगती है ये भी ज़रूर बताइएगा। देखो दोस्तों ते भराओ, उर्दू पंजाबी मिक्स ही चलेगी, मज़ा भी ता ही आ। कुछ दोस्त भाई पंजाबी नहीं जानते, इसलिए बीच में थोड़ी बहुत हम उर्दू भी बोल लेते हैं। माशाल्लाह देखो जी, दोस्त भ्राओ है बच्चा काले रंग का, देखांगे पलके की कारकर्दगी करदा है। माशाल्लाह बच्चे बिल्कुल फिट फाट ने, ये नहीं दुआ शा करो दोस्त भरा, क्योंकि नवी जगह पर जिस टाइम बच्चे आते ने थोड़ा प्रॉब्लम होता है। तो दोस्तों भरावों भी राजी रखना होंगे, कुछ कह रहे उर्दू भी बोलिया करो, कुछ कह रहे पंजाबी ठीक है, उर्दू भी चलेगी पंजाबी भी चलेगी, मिक्स काम चलाने। अगर कोई गलती हुआ करे तो माफ़ कर दिया करें, ठीक है। बाकी दोस्त भरा
ਇਹ ਦੱਸਿਓ ਹਾਂ ਜ਼ਰਾ, ਇਹ ਬੱਚਾ ਕੀ ਹੈ? ਸੁਰਖਾ ਸੁਰਖਾ ਹੈ ਜੀ ਨਾ, ਪਾ ਮਾਰ ਲੈ ਇਹਦੇ ਖੈ, ਜਿਹੜਾ ਪਰਾਂ ਦੇ ਮੂੰਹ ਕਰਕੇ ਖਲਿਆ ਨਾ ਉਹ। ਬਾਕੀ ਕੂਜੀ ਦੇ ਵਿੱਚ ਬੱਚੇ ਨੇ ਡੱਬ ਵਾਲੇ ਲੱਗਦੇ, ਡੱਬ ਵਾਲੇ ਠੀਕ ਹੈ, ਮੀਂਹ ਦੇ ਕੇ ਅੱਛੇ ਉੱਡਣਗੇ। ਅਤੇ ਬਾਕੀ ਇਹ ਚੈੱਕ ਕਰੋ ਇਸ ਜਗ੍ਹਾ ਤੋਂ ਇਰਦ ਗਿਰਦ ਦਾ ਮੰਜ਼ਰ, ਇਹ ਦੇਖੋ ਮੁੰਜੀਆਂ ਲੱਗ ਗਈਆਂ ਨੇ ਠੀਕ ਹੈ। ਇਸ ਸਾਈਡ ਤੋਂ ਤੁਹਾਨੂੰ ਥੋੜ੍ਹਾ ਜਿਹਾ ਨਜ਼ਾਰਾ ਕਰਾਈਏ, ਇਹ ਚੈੱਕ ਕਰੋ ਹੈ ਮਾਸ਼ਾ ਅੱਲਾ। ਅਤੇ ਇਹ ਕਬੂਤਰਾਂ ਅੱਗੇ ਦਾਣਾ ਪਏ ਆ ਜੀ, ਮਾਸ਼ਾ ਅੱਲਾ ਜੀ ਇਹ ਕਬੂਤਰ ਦੀਆਂ ਖਿਡੌਣੀਆਂ ਵੇਖੋ। ਬੱਚੇ ਚੰਗੇ ਨੇ ਕਰਨੇ ਆ ਕਿ ਇਹ ਪਲਕੇ ਇਹਨਾਂ ਵਿੱਚੋਂ ਕੋਈ ਨਾ ਕੋਈ ਬੱਚਾ ਮੋਰ ਜ਼ਰੂਰ ਖਾਏਗਾ। ਜ਼ਾਹਿਰ ਹੈ ਵੱਡਿਆਂ ਹੋ ਕੇ ਮੋਰ ਖਾਣੀ ਨੇ, ਅਤੇ ਮੈਨੂੰ ਲੱਗਦਾ ਕਿ ਇਹਨਾਂ ਕਬੂਤਰਾਂ ਵਿੱਚੋਂ ਨਾ ਕੋਈ ਮੋਰ ਜ਼ਰੂਰ ਖਾਏਗਾ ਇਨਸ਼ਾਅੱਲਾ। ਅਤੇ ਦੋਸਤੋ ਭਰਾਓ ਤੁਹਾਨੂੰ ਥੋੜ੍ਹਾ ਜਿਹਾ ਸੂਰਜ ਦਾ ਵੀ ਨਜ਼ਾਰਾ ਚੈੱਕ ਕਰਾਈਏ, ਮਾਸ਼ਾ ਅੱਲਾ ਦੇਖੋ ਜੀ ਸੂਰਜ ਥੋੜ੍ਹੀ ਦੇਰ ਬਾਅਦ ਗਰੂਬ ਹੋਣ ਦੇ ਕਰੀਬ, ਇਹ ਦੇਖੋ ਜੀ ਬੰਗਲਾ ਜਾ ਰਿਹਾ ਹੈ। ਅਤੇ ਦੋਸਤੋ ਅਤੇ ਭਰਾਓ ਅਗਰ ਕੋਈ ਗਲਤੀ ਹੋਈ ਤਾਂ ਮਾਫ਼ ਕਰਿਓ, ਇਸੇ ਦੁਆ ਦੇ ਨਾਲ ਕਿ ਅੱਲਾ ਪਾਕ ਤੁਹਾਨੂੰ ਖੁਸ਼ ਅਤੇ ਆਬਾਦ ਰੱਖੇ, ਇਸ ਦੇ ਅਮਲ ਕਰਾਉਂਦਿਆਂ ਰੱਖੇ, ਅਸੀਂ ਤੁਹਾਡੇ ਕੋਲ ਇਜਾਜ਼ਤ ਚਾਹੁੰਦੇ ਹਾਂ ਜ਼ਿੰਦਗੀ ਦੀ, ਅਤੇ ਅਗਲੀ ਵੀਡੀਓ 'ਚ ਫਿਰ ਮਿਲ ਪਾਵਾਂਗੇ। ਓਕੇ, ਰੱਬ ਰਾਖਾ।